ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮਹਿਤਾਬ ਕ੍ਰਿਸ਼ਨ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਜੀ ਤੁਹਾਨੂੰ ਦਿਖਾਉਣ ਲੱਗੇ ਹਾਂ ਪੌਂਚੂ, ਜਿਹੜਾ ਕਿ ਇਹ ਸਾਰੇ ਕੱਪੜੇ ਪਾਉਣ ਤੋਂ ਬਾਅਦ ਆਪਦੇ ਕੋਟੀ ਸਵੈਟਰ ਜੋ ਵੀ ਪਾਉਣਾ ਉਹਦੇ ਉੱਪਰ ਦੀ ਗਲ ਵਿੱਚ ਦੀ ਪਾਇਆ ਜਾਂਦਾ, ਜਿਹੜਾ ਕਿ ਥੋੜ੍ਹੀ ਜਿਹੀ ਹੋਰ ਠੰਡ ਰੋਕਦਾ, ਬੰਦਾ ਵਿੱਚ ਹੱਥ ਵੀ ਕਰ ਸਕਦਾ ਅਤੇ ਆਪਣਾ ਵਧੀਆ ਵੀ ਲੱਗਦਾ ਪਾਇਆ। ਅਤੇ ਇਹ ਅਸੀਂ ਬਣਾਇਆ ਜਿਵੇਂ ਇੱਕ ਨੌਜਵਾਨ ਲੜਕੀ ਹੁੰਦੀ ਹੈ ਉਹਦੇ ਵਾਸਤੇ, ਇਹ ਉੱਪਰ ਮੋਢੇ 'ਚ ਥੋੜ੍ਹੇ ਜਿਹੇ ਢੱਕੇ ਜਾਂਦੇ ਨੇ ਅਤੇ ਸਿਰ 'ਤੇ ਲੈਣ ਦੀ ਇਹਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇਹ ਆਪਣਾ ਮੋਢਿਆਂ ਦੇ ਹਿਸਾਬ ਨਾਲ ਵੀ ਜਿੰਨਾ ਕੁ ਬੱਚੇ ਦਾ ਤੀਰਾ ਵਗੈਰਾ ਉਹਦੇ ਨਾਲ ਗਲ ਦੇ ਜਿਹੜਾ ਮੋਢਿਆਂ ਦੇ ਉੱਪਰ ਟੰਗਿਆ ਜਾਵੇ ਉਹਦੇ ਹਿਸਾਬ ਨਾਲ ਲੈਣਾ। ਪਹਿਲਾਂ ਆਪਾਂ ਚੈਨ ਬਣਾਉਣੀ ਹੈ, ਜਿਨ੍ਹਾਂ ਭੈਣਾਂ ਨੂੰ ਕਰੋਸ਼ੀਆ ਆਉਂਦਾ ਉਹ ਸਮਝ ਜਾਣਗੀਆਂ। ਪਹਿਲਾਂ ਆਪਾਂ ਚੈਨ ਬਣਾਉਣੀ ਹੈ, ਚੈਨ ਆਪਾਂ ਇੰਚੀ ਟੇਪ ਨਾਲ ਮਿਣ ਕੇ ਬਣਾਉਣੀ ਹੈ ਵੀ ਜਿੰਨਾ ਆਪਾਂ ਨੂੰ ਜ਼ਰੂਰਤ ਹੈ ਇੱਥੋਂ 'ਚ ਗਲਾਈ ਦੀ, ਉਹਦੇ ਨਾਲ ਇੰਚੀ ਟੇਪ ਨਾਲ ਬਣਾ ਕੇ ਚੈਨ ਫਿਰ ਆਪਾਂ ਇੱਥੋਂ ਸ਼ੁਰੂ ਕਰਨਾ। ਪਹਿਲਾਂ ਪੰਜ ਪਾਉਣੇ ਨੇ, ਇਹਦੇ ਆਪਾਂ ਜੀ ਕਹਿੰਦੇ ਹਾਂ ਪੰਜਾਬੀ 'ਚ, ਤਾਂ ਵੈਸੇ ਤੁਸੀਂ ਕੁਛ ਵੀ ਕਹਿ ਲਓ ਜਿਵੇਂ ਆਪਾਂ ਸਲਾਈਆਂ ਦੇ ਕੁੰਡੇ ਹੁੰਦੇ ਨੇ। ਫਿਰ 3 ਫੋਕੀਆਂ ਚੈਨਾਂ, ਫਿਰ 1, ਫਿਰ 2 ਫੋਕੀਆਂ, ਫਿਰ 1, ਫਿਰ ਉਸ ਤਰ੍ਹਾਂ 3 ਫੋਕੀਆਂ ਚੈਨਾਂ ਅਤੇ ਫਿਰ 5, ਇਸ ਤਰ੍ਹਾਂ ਇਹਨਾਂ ਨੂੰ ਵਾਰੀ ਵਾਰੀ ਰਿਪੀਟ ਕਰਨਾ। ਉਦੋਂ ਬਾਅਦ ਜਿਹੜੀਆਂ ਇਹ 5 ਚੈਨਾਂ ਨੇ ਉਹ ਘੱਟਦੀਆਂ ਜਾਣਗੀਆਂ ਅਤੇ ਜਿਹੜੀਆਂ 2 ਨੇ ਉਹਦੇ ਵਿੱਚ ਆਪਾਂ 5 ਜੀ 6 ਹੋਰ ਪਾ ਲੈਣੇ ਨੇ। ਅਤੇ ਜਿਹੜੇ ਆ ਮੋਢੇ ਨੇ ਜਿੱਥੇ ਆਪਾਂ ਮੋਢੇ ਬਣਾਉਣੇ ਆ ਉੱਥੇ ਆਪਾਂ ਇਹਨਾਂ ਦੋਨਾਂ 'ਚ ਇਹ ਚੀਜ਼ ਰਿਪੀਟ ਕਰਨੀ ਹੈ, 6-6 ਜੀ ਪਾਉਣੇ ਨੇ ਦੋਨਾਂ 'ਚ। ਇਹ ਮੋਢਿਆਂ 'ਤੇ ਆਪਾਂ 2 ਰੱਖਣੇ ਨੇ ਆਹ ਚੀਜ਼ਾਂ, ਜਿੱਥੋਂ ਆਪਾਂ ਕਿ ਇਹ ਵਾਧਾ ਤੁਰਿਆ ਜਾਊਗਾ। ਇੱਥੇ ਸਿਰਫ 1-1 ਜਾਊਗਾ, ਉਸੇ ਤਰ੍ਹਾਂ ਇੱਕ ਪਾਸਿਓਂ ਘਟੀ ਜਾਂਦਾ, ਇੱਕ ਪਾਸੇ ਵਧੀ ਜਾਂਦਾ। ਵਾਧੇ ਸਿਰਫ ਇੱਥੋਂ ਨੇ, ਜਿਹੜੀ ਆਹ ਚੀਜ਼ ਹੈ ਮੋਢਿਆਂ ਵਾਲੀ, ਇਹ ਮੋਢਿਆਂ ਤੋਂ ਤਾਂ ਕਿ ਆਪਾਂ ਥੋੜ੍ਹਾ ਜਿਹਾ ਲੰਬਾ ਕਰਨਾ ਹੁੰਦਾ, ਬਾਂਹ 'ਤੇ ਸਾਰੀ 'ਤੇ ਆ ਜਾਏ, ਇਸ ਤਰ੍ਹਾਂ ਸਾਰੀ ਬਾਂਹ 'ਤੇ ਆਉਣਾ ਚਾਹੀਦਾ। ਇਹ ਜਿਹੜਾ ਇੰਨੀ ਇਹਦੀ ਲੰਬਾਈ ਹੁੰਦੀ ਹੈ, ਇੱਥੇ ਇਹ ਪੈ ਜਾਂਦਾ, ਇਹ ਇੱਥੇ ਇਹ ਸਾਰੇ ਵਧਾਏ ਜਾਂਦੇ ਨੇ। ਜਿਹੜੀ ਆਹ ਚੀਜ਼ ਵੱਧਦੀ ਹੈ ਇਹ ਕਿਤੇ ਘੱਟਦੀ ਨਹੀਂ, ਜਿਹੜੇ ਇੱਧਰ ਵੱਧਦੇ ਜਾਂਦੇ ਨੇ ਅਤੇ ਨਾਲ ਨਾਲ ਘਟੀ ਜਾਂਦੇ ਨੇ, ਇੱਧਰੋਂ ਇੱਧਰ ਆਈ ਜਾਂਦੇ ਨੇ। ਇਹ ਜੇ ਤੁਹਾਨੂੰ ਕਿਸੇ ਨੂੰ ਜ਼ਰੂਰਤ ਹੋਈ ਬਣਾਉਣ ਦੀ ਤਾਂ ਤੁਸੀਂ ਮੈਥੋਂ ਦੁਬਾਰੇ ਪੁੱਛ ਸਕਦੇ ਹੋ, ਤਾਂ ਮੈਂ ਆਪਦਾ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦੂੰਗੀ। ਇਹ ਤੁਹਾਨੂੰ ਇੱਕ ਡਿਜ਼ਾਇਨ ਦਿਖਾਇਆ ਅਤੇ ਆਪਾਂ ਨੂੰ ਜਿੰਨੀ ਬਾਂਹ ਦੀ ਲੰਬਾਈ ਹੈ ਇਹ ਉੱਥੇ ਤੱਕ ਲਿਜਾਣਾ ਹੈ ਬੁਣਦੇ ਬੁਣਦੇ, ਅਤੇ ਇੱਥੋਂ ਆਪਣਾ ਥੋੜ੍ਹਾ ਜਿਹਾ ਫਿਰ ਉੱਪਰ ਰਹਿ ਜਾਂਦਾ ਪੇਟ ਦੇ, ਅਤੇ ਉਦੋਂ ਬਾਅਦ ਫਿਰ ਆਪਾਂ ਸਾਰਿਆਂ 'ਤੇ ਚੈਨ ਬਣਾ ਦੇਣੀ ਹੈ। ਉਦੋਂ ਬਾਅਦ ਇਹ ਫੁੱਲ ਲਾਏ ਨੇ, ਹੁਣ ਇੱਕ ਵਾਰ ਤੁਹਾਨੂੰ ਅਸੀਂ ਪਾ ਕੇ ਦਿਖਾ ਦਿੰਦੇ ਹਾਂ ਜੀ ਕਿੱਦਾਂ ਲੱਗਦਾ। ਬਹੁਤ ਸੋਹਣਾ ਲੱਗਦਾ, ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ। ਅਤੇ ਸੋਹਣਾ ਡਿਜ਼ਾਇਨ ਹੈ, ਇਹ ਸਿੰਪਲ ਡਿਜ਼ਾਇਨ ਹੈ, ਸੌਖਾ ਡਿਜ਼ਾਇਨ ਹੈ। ਔਰ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ। ਔਰ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਔਰ ਲਾਈਕ ਜ਼ਰੂਰ ਕਰਿਓ।